इस वेले दी वड्डी खबर, सुखपाल सिंह खहरा नूं जान तों खतरा दस्सिया गया। दस दिए कि सुखपाल सिंह खहरा दे वल्लों हाई कोर्ट दे विच इक एप्लीकेशन लगाई गई है, जिहदे विच दस्सिया गया कि उहनां नूं जान तों खतरा है। और यह भी पता लग्गिया कि उहनां नूं अर्श डल्ला जिहड़ा कि गैंगस्टर है और इस वक्त कनेडा दी धरती दे उपर बैठा होया, और उस तों जिहड़ा खहरा नूं जान तों खतरा है। दस दिए कि जदों सुखपाल सिंह खहरा जिहड़े आ ਉਹ ਜੇਲ੍ਹ ਦੇ ਵਿੱਚ ਸੀਗੇ ਤਾਂ ਉਦੋਂ ਵੀ ਅਜਿਹੀਆਂ ਇਨਪੁੱਟ ਜਿਹੜੀਆਂ ਸਾਹਮਣੇ ਆਈਆਂ ਸੀ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਜਾਨ ਤੋਂ ਖਤਰਾ ਹੈ ਔਰ ਉਹਨਾਂ ਨੂੰ ਪਰਿਵਾਰ ਨੂੰ ਵੀ ਜਿਹੜਾ ਹੈਗਾ ਉਹ ਜਾਨ ਤੋਂ ਖਤਰਾ ਹੈਗਾ। ਤਾਂ ਅਜਿਹੇ ਦੇ ਵਿੱਚ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਇੱਕ ਐਪਲੀਕੇਸ਼ਨ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਲਗਾਈ ਗਈ ਹੈ, ਹਾਈ ਕੋਰਟ ਦੇ ਵਿੱਚ ਲਗਾਈ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਉਹਨਾਂ ਦਾ ਲਾਇਸੈਂਸ ਹਥਿਆਰ ਉਹਨਾਂ ਨੇ ਜਿਹੜਾ ਜਮ੍ਹਾਂ ਕਰਵਾਇਆ ਹੋਇਆ ਉਹ ਹਥਿਆਰ ਜਿਹੜਾ ਉਹਨਾਂ ਦਾ ਵਾਪਸ ਕਰ ਦਿੱਤਾ ਜਾਵੇ ਸੁਰੱਖਿਆ ਦੇ ਮੱਦੇਨਜ਼ਰ। ਔਰ ਹੁਣ ਜਿਸ ਤੋਂ ਬਾਅਦ ਹਾਈ ਕੋਰਟ ਨੇ ਪੱਖ ਸੁਣਨ ਤੋਂ ਬਾਅਦ ਜਿਹੜਾ ਇੱਕ ਨੋਟਿਸ ਜਿਹੜਾ ਪੰਜਾਬ ਸਰਕਾਰ ਨੂੰ ਕਰ ਦਿੱਤਾ ਗਿਆ, ਔਰ 14 ਫਰਵਰੀ ਤੱਕ ਨੋਟਿਸ ਜਿਹੜਾ ਪੰਜਾਬ ਸਰਕਾਰ ਨੂੰ ਕੀਤਾ ਗਿਆ, ਉਹਦੇ ਵਿੱਚ ਜਵਾਬ ਜਿਹੜਾ ਇਸ ਸੰਬੰਧੀ ਮੰਗਿਆ ਗਿਆ, ਔਰ ਨਾਲ ਹੀ ਪੰਜਾਬ ਸਰਕਾਰ ਨੂੰ ਜਿਹੜਾ ਕਹਿੰਦੇ ਤਲਬ ਵੀ ਜਿਹੜਾ ਉਹ ਕੀਤਾ ਗਿਆ। ਤਾਂ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹਨਾਂ ਨੂੰ ਜਿਹੜਾ ਜਾਨ ਤੋਂ ਖਤਰਾ ਦੱਸਿਆ ਜਾ ਰਿਹਾ। ਇਸ ਤੋਂ ਪਹਿਲਾਂ ਵੀ ਅਜਿਹੀਆਂ ਇਨਪੁੱਟ ਸਾਹਮਣੇ ਆਈਆਂ ਸੀ ਕਿ ਕੁਝ ਜਿਹੜੇ ਗੈਂਗਸਟਰ ਅਰਸ਼ ਡੱਲਾ ਹੁਰੀ ਨੇ ਉਹਨਾਂ ਤੋਂ ਜਿਹੜਾ ਸੁਖਪਾਲ ਸਿੰਘ ਖਹਿਰਾ ਸਮੇਤ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਜਾਨ ਤੋਂ ਖਤਰਾ ਹੈਗਾ। ਤਾਂ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਐਪਲੀਕੇਸ਼ਨ ਲਗਾ ਕੇ ਮੰਗ ਕੀਤੀ ਹੈ ਕਿ ਉਹਨਾਂ ਨੇ ਜਿਹੜਾ ਇੱਕ ਆਪਣਾ ਲਾਇਸੈਂਸੀ ਹਥਿਆਰ ਜਿਹੜਾ ਉਹ ਜਮ੍ਹਾਂ ਕਰਵਾਇਆ ਹੋਇਆ ਉਹ ਆਪਣੇ ਆਤਮ ਸੁਰੱਖਿਆ ਦੇ ਲਈ ਜਿਹੜੀ ਹੈ ਉਹ ਹਥਿਆਰ ਉਹਨਾਂ ਦਾ ਜਿਹੜਾ ਵਾਪਸ ਦਿੱਤਾ ਜਾਏ। ਤਾਂ ਉਹਨਾਂ ਨੇ ਐਪਲੀਕੇਸ਼ਨ ਹਾਈ ਕੋਰਟ ਦੇ ਵਿੱਚ ਲਗਾਈ ਹੈ। ਔਰ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਵੀ ਆਇਆ ਸੀ ਕਿ ਉਹਨਾਂ ਦੀ ਸਿਕਿਉਰਿਟੀ ਵੀ ਜਿਹੜੀ ਹੈ ਉਹ ਘੱਟ ਕੀਤੀ ਗਈ ਸੀਗੀ, ਔਰ ਪਹਿਲਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਉਸ 'ਤੇ ਵੀ ਜਿਹੜੀ ਇੱਕ ਮੰਗ ਜਿਹੜੀ ਆ ਦੁਹਰਾਈ ਸੀ ਕਿ ਅਜਿਹੇ ਦੇ ਵਿੱਚ ਜੇਕਰ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਕਿਸੇ ਤਰੀਕੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਕੌਣ ਜਿਹੜਾ ਉਹ ਜ਼ਿੰਮੇਵਾਰ ਹੋਏਗਾ। ਤਾਂ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਹੁਣ ਗੈਂਗਸਟਰ ਅਰਸ਼ ਡੱਲਾ ਜਿਹੜਾ ਕੈਨੇਡਾ ਦੀ ਧਰਤੀ 'ਤੇ ਬੈਠਾ ਹੋਇਆ ਉਸ ਤੋਂ ਜਾਨ ਦਾ ਜਿਹੜਾ ਉਹ ਖਤਰਾ ਹੈਗਾ। ਅਤੇ ਹੁਣ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਐਪਲੀਕੇਸ਼ਨ ਲਗਾ ਕੇ ਮੰਗ ਕੀਤੀ ਹੈ ਕਿ ਉਹਨਾਂ ਦਾ ਲਾਇਸੈਂਸੀ ਹਥਿਆਰ ਜਿਹੜਾ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਰੱਖਿਆ ਜਿਹੜੀ ਆ ਕਰ ਸਕਣ। ਤਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾਈ ਸੀ ਅਤੇ ਹੁਣ ਹਾਈ ਕੋਰਟ ਨੇ ਸੁਣਵਾਈ ਸੁਣਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਉੱਪਰ ਨੋਟਿਸ ਭੇਜਿਆ ਔਰ ਨੋਟਿਸ ਦੇ ਵਿੱਚ ਜਵਾਬ ਜਿਹੜਾ ਉਹ ਮੰਗਿਆ। ਤਾਂ ਹੁਣ ਦੱਸ ਦਈਏ ਕਿ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ ਹੁਣ 14 ਫਰਵਰੀ ਨੂੰ ਹੋਣੀ ਹੈ। ਤਾਂ ਸੁਖਪਾਲ ਸਿੰਘ ਖਹਿਰਾ ਦੇ ਸੰਬੰਧ ਦੇ ਵਿੱਚ ਜਿਹੜੀ ਅੱਜ ਕੋਰਟ ਦੇ ਵਿੱਚ ਸੁਣਵਾਈ ਸੀ ਤਾਂ ਉਸ ਸੁਣਵਾਈ ਦੇ ਦੌਰਾਨ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਡਰੱਗ ਸੁਣਵਾਈ ਦੇ ਦੌਰਾਨ ਇੱਕ ਐਪਲੀਕੇਸ਼ਨ ਲਗਾਈ ਜਿਹਦੇ ਵਿੱਚ ਉਹਨਾਂ ਨੇ ਆਪਣੀ ਜਾਨ ਦਾ ਜਿਹੜਾ ਖਤਰਾ ਦੱਸਿਆ ਅਤੇ ਉਹਨਾਂ ਨੇ ਨਾਲ ਹੀ ਨਾਲ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਦਾ ਜਿਹੜਾ ਲਾਇਸੈਂਸ ਹਥਿਆਰ ਆ ਜਿਹੜਾ ਉਹ ਉਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਰੱਖਿਆ ਜਿਹੜੀ ਆ ਕਰ ਸਕਣ। ਤਾਂ ਅਜਿਹੇ ਦੇ ਵਿੱਚ ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਹੁਣ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਔਰ ਨੋਟਿਸ ਦੇ ਵਿੱਚ ਉਹਨਾਂ ਨੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਔਰ ਜਵਾਬ ਮੰਗਣ ਤੋਂ ਬਾਅਦ 14 ਫਰਵਰੀ ਤੱਕ ਜਿਹੜਾ ਉਹਨਾਂ ਨੇ ਅਸੀਂ ਅਗਲੀ ਜਿਹੜੀ ਆ ਸੁਣਵਾਈ ਇਸ ਮਾਮਲੇ ਦੀ ਜਿਹੜੀ ਹੈ ਉਹ ਰੱਖੀ ਹੈ। ਬਿਊਰੋ ਰਿਪੋਰਟ, ਰੋਜ਼ਾਨਾ ਲੋਕ ਨਾ ਟੀਵੀ।